ਤਾਂ ਦੱਸਦੇ ਕਿ ਛੁੱਟੀ ਤੋਂ ਆਏ ਇਸ ਫੌਜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਇਸ ਦੀ ਮੌਤ ਹੋ ਗਈ ਹੈ। ਤਾਂ 26 ਸਾਲ ਦੀ ਉਮਰ ਦੇ ਵਿੱਚ ਹੀ ਇਹ ਨੌਜਵਾਨ ਜਹਾਨ ਛੱਡ ਗਿਆ, ਜਿਸ ਤੋਂ ਬਾਅਦ ਸੈਨਾ ਦੇ ਸਨਮਾਨ ਦੇ ਨਾਲ ਇਸਦਾ ਅੰਤਿਮ ਸੰਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਸੁਖਪ੍ਰੀਤ ਸਿੰਘ ਸੀ ਅਤੇ ਉਮਰ 26 ਸਾਲ ਸੀ ਅਤੇ ਇਹ ਗਲੇਸ਼ੀਅਰ ਦੇ ਵਿੱਚ ਡਿਊਟੀ ਕਰ ਰਿਹਾ ਸੀ। ਤਾਂ ਇਸੇ ਦੌਰਾਨ ਛੁੱਟੀ 'ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਅਚਾਨਕ ਇਸਦੀ ਤਬੀਅਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਇਸਦੀ ਮੌਤ ਹੋ ਗਈ ਅਤੇ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਨੌਜਵਾਨ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਤੇ ਸੈਨਾ ਦੇ ਪੂਰੇ ਸਨਮਾਨ ਦੇ ਨਾਲ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ। ਤਾਂ ਉਸਦੇ ਪਿੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੈਨਾ ਦੇ ਸਨਮਾਨ ਦੇ ਨਾਲ ਇਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਅੱਜ ਇਸ ਪਰਿਵਾਰ ਨੂੰ ਇਸ ਕਠਿਨ ਘੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਘੜੀ। ਅਤੇ ਇਸ ਮੁੰਡੇ ਦਾ ਨਾਂ ਸੀ ਲੈਸਨੈਕ ਓਪਰੇਟਰ ਸੁਖਪ੍ਰੀਤ ਸਿੰਘ। ਇਹਦੀ ਯੂਨਿਟ ਸੀ 581 ਲਾਈਟ ਰੈਜੀਮੈਂਟ ਚੜ੍ਹਦੀ ਕਲਾ, ਜਿਹੜੀ ਕਿ ਅੱਜ ਕੱਲ੍ਹ ਬਿਲੋਂਗ ਕਰਨ ਸਮਾਰੀ। ਸਰ ਕਿੰਨੀ ਕੁ ਉਮਰ ਸੀ ਇਹਦੀ? ਇਹਦੀ ਉਮਰ ਸੀ ਆਪਣੇ ਮੇਰੇ 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ। ਅਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ, ਜਿਨ੍ਹਾਂ ਦਾ ਤੁਸੀਂ ਕਹਿ ਲਓ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ। ਇੰਨਾ ਅੱਛਾ ਮੁੰਡਾ ਸੀ, ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ। ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਛੁੱਟੀ ਆ ਕੇ ਇੱਕ ਜਵਾਨ ਨਾਲ ਏਦਾਂ ਦੀ ਬੀਤੇ। ਸਰ ਕਿੰਨੇ ਸਾਲ ਪਹਿਲਾਂ ਭਰਤੀ ਹੋਇਆ ਇਹ? ਸਰ ਅੱਜ ਤੋਂ ਮੇਰੇ ਖਿਆਲ 7-8 ਸਾਲ ਨੌਕਰੀ ਹੈ ਇਹਦੀ, ਮੁੰਡੇ ਦੀ। ਹਾਂਜੀ, ਕਾਰਨ ਸਰ ਇਹ ਅੱਜ ਤੋਂ ਪਹਿਲਾਂ, ਅੱਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ ਦੋ ਸਾਲ ਪਹਿਲਾਂ ਫੌਜ 'ਚੋਂ ਰਿਟਾਇਰ ਹੋਇਆ। ਮੇਰੇ ਅੰਡਰ ਹੀ ਮੁੰਡਾ ਸਾਡੀ ਯੂਨਿਟ ਦੇ ਵਿੱਚ ਆਇਆ ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ। ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ, ਇਸ ਤੋਂ ਬਾਅਦ ਇਹ ਸਿਵਲ 'ਚ ਲੈ ਗਏ ਨਾ। ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ, ਉਸ ਤੋਂ ਬਾਅਦ ਇਹਨੂੰ ਐਮ ਐਚ ਅੰਮ੍ਰਿਤਸਰ ਦੇ ਵਿੱਚ ਫਾਰਵਰਡ ਕੀਤਾ ਗਿਆ। ਉੱਥੇ ਜਾ ਕੇ ਇਹਨੂੰ ਡੈਥ ਘੋਸ਼ਿਤ ਕਰਤੇ ਹੁੰਦੇ ਆ। ਸਰ ਵਿਆਹ ਕਿ ਕਵਾਰਾ ਸੀ? ਇਹ ਵਿਆਹ ਸੀ ਸਰ। ਕੀ ਬੱਚੇ ਕਿੰਨੇ? ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ, 6 ਸਾਲ 6 ਮਹੀਨੇ ਦਾ। ਹਾਂਜੀ ਹਾਂਜੀ। ਤੇ ਸਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ ਜੀ ਦਾ? ਹਾਂਜੀ, ਅੱਜ ਇਹਦਾ ਅੰਤਮ ਸੰਸਕਾਰ ਹੈ। ਅੱਜ ਤੋਂ 2 ਦਿਨ ਪਹਿਲਾਂ ਇਹਦੀ ਡੈਥ ਹੋਈ ਸੀ ਪਰਸੋਂ, ਔਰ ਅੱਜ ਇਹਦਾ ਅੰਤਮ ਸੰਸਕਾਰ ਕੀਤਾ। ਇਹਦਾ ਨਾਮ ਸੁਖਪ੍ਰੀਤ ਸਿੰਘ ਸੀਗਾ ਤੇ ਇਹ ਸਵੇਰੇ ਉੱਠਿਆ ਵਾ। ਉੱਠਣ ਦੇ ਬਾਅਦ 'ਚ ਇਹਨੇ ਚਾਹ ਪਾਣੀ ਪੀਤਾ ਵਾ, ਉਦੋਂ ਬਾਅਦ ਦੇ ਵਿੱਚ ਇਹਨੇ ਇਹਦੇ ਦਰਦ ਹੋਈ ਆ ਇੱਕਦਮ। ਅਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹੌਸਪੀਟਲ ਫਟਾਫਟ, ਬਹੁਤ ਜਲਦੀ ਇੱਥੇ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਹਨੂੰ ਰੈਫਰ ਕਰਤਾ ਵਾ ਅੰਮ੍ਰਿਤਸਰ ਲੈ ਜਾਓ, ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਏ ਹਾਂ। ਉੱਥੇ ਜਾ ਕੇ ਉਹਨਾਂ ਨੇ ECG ਵਗੈਰਾ ਸਭ ਕੁਝ ਕੀਤਾ ਵਾ, ਉਹਦੇ ਬਾਅਦ 'ਚ ਉਹਨਾਂ ਡੈਥ 'ਤੇ ਕਲੀਅਰ ਕਰਤਾ। ਇਹ ਸਰ ਜਿਹੜੀ ਢਿੱਲ ਮੱਠ ਜਿਹੜੀ ਇਹ ਕਿੰਨੀ ਤਰੀਕ ਨੂੰ ਹੋਈ ਹੈ ਅਤੇ ਡੈਥ ਕਿੰਨੀ ਢਿੱਲ ਮੱਠ ਨੂੰ ਕੋਈ ਹੋਈ ਨਹੀਂ ਸੀ, ਬੜਾ ਨਰੋਆ ਬੰਦਾ ਸੀਗਾ। ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ। ਕਿੱਥੇ ਪੋਸਟਿੰਗ ਕਿੱਥੇ ਸੀ? ਪੋਸਟ ਇਹਦੀ ਮੀਸਾ ਮਨੀ ਆ, ਮਨੀਪੁਰ ਦੇ ਲਾਗੇ। ਹਾਂਜੀ, 581 ਫੀਲਡ ਰੈਜੀਮੈਂਟ ਹੈ ਜੀ। ਅਤੇ ਵਿਆਹ ਇੱਕ ਵਾਰੇ? ਹਾਂਜੀ, ਵਿਆਹ ਸੀਗਾ। ਕਿੰਨੇ? ਇੱਕ ਬੱਚਾ ਇਹਦਾ 9-10 ਕੁ ਮਹੀਨੇ ਦਾ। ਹੋਰ ਪਰਿਵਾਰ ਦੇ ਪਿੱਛੇ ਕੌਣ ਕੌਣ ਨੇ? ਪਰਿਵਾਰ ਦੇ ਪਿੱਛੇ ਦੀ ਇੱਕ ਭੈਣ ਆ, ਇੱਕ ਮਾਂ, ਇੱਕ ਭਰਾ ਵਾ। ਅਤੇ ਅੱਜ ਸਰਕਾਰ ਦੀ ਮਤਲਬ ਸਨਮਾਨਾਂ ਨਾਲ ਸੰਸਕਾਰ ਹੋਇਆ ਜੀ?
ਹਾਂਜੀ, ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਯੂਨਿਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ, ਉਹ ਉੱਥੇ MH ਆ ਗਏ ਸੀ ਉਦੋਂ JSO ਸਾਹਿਬਾਨ, ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ ਅਤੇ ਉਹ ਘਰ ਤੱਕ ਵੀ ਉਹਨਾਂ ਨੇ ਡੈੱਡ ਬਾਡੀ ਤੱਕ ਪੋਸਟਮਾਰਟਮ ਵੀ ਉਹਨਾਂ ਨੇ ਆਪ ਹੀ ਕਰਵਾਇਆ ਵਾ ਅਤੇ ਘਰ ਵੀ ਛੱਡ ਕੇ ਨਾਲ ਸੰਸਕਾਰ ਵੀ ਉਹਨਾਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਉਹ ਕਰਵਾਇਆ ਵਾ ਇਸ ਬੱਚੇ ਦਾ। ਇਹ ਹੈ ਵੀ ਉੱਤੋਂ ਆਇਆ 4-5 ਮਹੀਨੇ 6 ਮਹੀਨੇ ਦੇ ਬਾਅਦ ਛੁੱਟੀ, ਥੱਲੇ ਆਣ ਕੇ ਪਤਾ ਨਹੀਂ ਇਹਨੂੰ ਠੰਡ ਨਹੀਂ ਬਰਦਾਸ਼ਤ ਜਾਂ ਉੱਥੇ ਠੰਡ ਜ਼ਿਆਦਾ ਸੀ, ਥੱਲੇ ਆਣ ਕੇ ਕੀ ਕਾਰਨ ਬਣਿਆ ਇਹਦੇ ਬਾਰੇ ਅਸੀਂ ਕੁਛ ਨਹੀਂ ਕਰ ਸਕਦੇ। ਉੱਥੇ ਗਲੇਸ਼ੀਅਰ ਕੱਟਿਆ ਨਾ, ਗਲੇਸ਼ੀਅਰ ਹੀ ਕੱਟਿਆ ਉੱਥੇ।